ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਫੈਕਟ ਪੰਜਾਬ ਉੱਤੇ। ਦੋਸਤੋ ਅੱਜ ਅਸੀਂ ਜਿਸ ਲਿਸਟ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਸ ਵਿੱਚ ਕੋਈ ਵੀ ਪੰਜਾਬੀ ਗੀਤਾਂ ਨੂੰ ਪਸੰਦ ਕਰਨ ਵਾਲਾ ਨਹੀਂ ਸੀ ਚਾਹੁੰਦਾ ਕਿ ਇਸ ਲਿਸਟ ਵਿੱਚ ਇਹਨਾਂ ਸਿੰਗਰ ਦਾ ਨਾਮ ਆਵੇ। ਪਰ ਦੋਸਤੋ ਮੌਤ ਉੱਪਰ ਕਿਸੇ ਦਾ ਕੋਈ ਜ਼ੋਰ ਨਹੀਂ ਹੁੰਦਾ, ਇਹ ਕਦੋਂ ਆਉਣੀ ਹੈ ਕਿਵੇਂ ਆਉਣੀ ਹੈ ਇਸ ਬਾਰੇ ਕੋਈ ਨਹੀਂ ਜਾਣਦਾ। ਸੋ ਅੱਜ ਅਸੀਂ ਤੁਹਾਡੇ ਨਾਲ ਉਹਨਾਂ ਪੰਜਾਬੀ ਸਿੰਗਰਸ ਦੀ ਇੱਕ ਲਿਸਟ ਸਾਂਝੀ ਕਰਾਂਗੇ ਜੋ ਬੜੀ ਹੀ ਛੋਟੀ ਉਮਰ ਵਿੱਚ ਲੱਖਾਂ ਕਰੋੜਾਂ ਲੋਕਾਂ ਦੀ ਧੜਕਣ ਬਣ ਕੇ ਇਸ ਦੁਨੀਆ ਤੋਂ ਅਲਵਿਦਾ ਲੈ ਗਏ। ਇਸ਼ਮੀਤ ਸਿੰਘ ਪੰਜਾਬ ਦਾ ਉਹ ਗਾਇਕ ਜਿਸਨੇ ਅਜੇ ਉਡਾਨ ਭਰਨੀ ਸ਼ੁਰੂ ਹੀ ਕੀਤੀ ਸੀ, ਜਿਸ ਦੀ ਆਵਾਜ਼ ਦੀ ਤੁਲਨਾ ਬਾਲੀਵੁੱਡ ਦੇ ਪ੍ਰਸਿੱਧ ਗਾਇਕਾਂ ਨਾਲ ਹੋਣ ਲੱਗ ਪਈ ਸੀ, ਪਰ ਉਸਦੀ ਇਹ ਉਡਾਨ ਬਹੁਤ ਜਲਦ ਹੀ ਖਤਮ ਹੋ ਗਈ ਜਾਂ ਫਿਰ ਕਿਸੇ ਨੇ ਖਤਮ ਕਰ ਦਿੱਤੀ। 2 ਸਤੰਬਰ 1988 ਨੂੰ ਮਾਡਲ ਟਾਊਨ ਲੁਧਿਆਣਾ ਦੇ ਜਨਮੇ ਇਸ਼ਮੀਤ ਸਿੰਘ ਨੂੰ ਆਪਣੇ ਪਿਤਾ ਤੋਂ ਹੀ ਗਾਉਣ ਦਾ ਸ਼ੌਂਕ ਪਿਆ। ਸਿਰਫ 17 ਸਾਲ ਦੀ ਉਮਰ ਦੇ ਵਿੱਚ ਇਸ਼ਮੀਤ ਸਿੰਘ ਸਟਾਰ ਪਲੱਸ 'ਤੇ ਆਉਣ ਵਾਲੇ ਸ਼ੋਅ ਸਟਾਰ ਵੌਇਸ ਆਫ ਇੰਡੀਆ ਦਾ ਹਿੱਸਾ ਬਣਿਆ। ਇਸ਼ਮੀਤ ਸਿੰਘ ਦਾ ਨਾਮ ਉਦੋਂ ਦੁਨੀਆ ਵਿੱਚ ਅੱਗ ਵਾਂਗ ਫੈਲ ਗਿਆ ਜਦ ਉਹਨਾਂ ਨੇ 24 ਨਵੰਬਰ 2007 ਨੂੰ ਇਸ ਸ਼ੋਅ ਨੂੰ ਜਿੱਤਿਆ। ਇਸ ਸ਼ੋਅ ਨੂੰ ਜਿੱਤਣ ਤੋਂ ਬਾਅਦ ਉਹਨਾਂ ਨੂੰ ਅਲੱਗ ਅਲੱਗ ਪ੍ਰੋਗਰਾਮਸ ਵਿੱਚ ਐਜ਼ ਅ ਗੈਸਟ ਬੁਲਾਇਆ ਜਾਣ ਲੱਗਾ। ਜੁਲਾਈ 2008 ਦੇ ਵਿੱਚ ਇਸ਼ਮੀਤ ਸਿੰਘ ਨੂੰ ਉਸਦੇ ਸਟਾਰ ਵੌਇਸ ਆਫ ਇੰਡੀਆ ਦੇ ਦੋ ਹੋਰ ਸਾਥੀਆਂ ਦੇ ਨਾਲ ਮਾਲਦੀਵ ਦੇ ਇੱਕ ਪ੍ਰੋਗਰਾਮ ਲਈ ਬੁਲਾਇਆ ਗਿਆ। ਉੱਥੇ ਇਹ ਤਿੰਨੋਂ ਸ਼ਾਇਆ ਆਈਲੈਂਡ ਡੌਨ ਵੈਲੀ ਰਿਜ਼ੋਰਟ ਦੇ ਵਿੱਚ ਰੁਕੇ। ਇੱਥੇ ਪ੍ਰੋਗਰਾਮ 1 ਅਗਸਤ 2008 ਨੂੰ ਹੋਣਾ ਸੀ, ਪਰ ਪ੍ਰੋਗਰਾਮ ਹੋਣ ਤੋਂ 2 ਦਿਨ ਪਹਿਲਾਂ 31 ਜੁਲਾਈ ਵਾਲੇ ਦਿਨ ਇਸ਼ਮੀਤ ਦੀ ਲਾਸ ਸਵਿਮਿੰਗ ਪੂਲ ਦੇ ਵਿੱਚ ਮਿਲੀ। ਇਸ਼ਮੀਤ ਦੀ ਮੌਤ ਦੀ ਖਬਰ ਸੁਣ ਪੂਰੇ ਭਾਰਤ ਦੇ ਲੋਕ ਹੈਰਾਨ ਹੋ ਗਏ। ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਇਸ਼ਮੀਤ ਨੂੰ ਸਵਿਮਿੰਗ ਨਹੀਂ ਸੀ ਆਉਂਦੀ, ਤਾਂ ਫਿਰ ਉਹ ਸਵਿਮਿੰਗ ਪੂਲ ਵਿੱਚ ਖੁਦ ਕਿਵੇਂ ਜਾ ਸਕਦਾ। ਡਾਕਟਰਾਂ ਦੀ ਰਿਪੋਰਟ ਦੇ ਮੁਤਾਬਿਕ ਇਸ਼ਮੀਤ ਦੇ ਸਿਰ 'ਤੇ ਵੀ ਡੂੰਘੀਆਂ ਸੱਟਾਂ ਸਨ, ਪਰ ਇਹਨਾਂ ਸਭ ਰਿਪੋਰਟ ਅਤੇ ਦਾਅਵਿਆਂ ਤੋਂ ਇਲਾਵਾ ਇਸ਼ਮੀਤ ਦੀ ਮੌਤ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ। ਇਸ਼ਮੀਤ ਦੀ ਇਸ ਵਕਤ ਉਮਰ ਸਿਰਫ 19 ਸਾਲ ਦੀ ਹੀ ਸੀ। ਦੋਸਤੋ ਇਸ਼ਮੀਤ ਵੱਲੋਂ ਸਤਿਗੁਰ ਤੁਮਰੇ ਕਾਜ ਸਵਾਰੇ ਨਾਮ ਦੀ ਇੱਕ ਧਾਰਮਿਕ ਐਲਬਮ ਵੀ ਰਿਲੀਜ਼ ਕੀਤੀ ਗਈ ਸੀ, ਜਿਸ ਦੇ ਸ਼ਬਦ ਤੁਸੀਂ ਆਮ ਹੀ ਸੁਣੇ ਹੋਣਗੇ। ਸੋਨੀ ਪਾਵਲਾ ਸੋਹਣਿਓ ਨਾਰਾਜ਼ ਕੀਤੇ ਨਹੀਂ। ਦੋਸਤੋ ਇਸ ਗੀਤ ਦੇ ਬੋਲ ਅਤੇ ਮਿਊਜ਼ਿਕ ਅੱਜ ਦੇ ਵੱਡੇ ਵੱਡੇ ਗੀਤਾਂ ਨੂੰ ਫੇਲ ਕਰਦਾ ਹੈ। ਸੋਹਣਿਓ ਨਾਰਾਜ਼ ਕੀਤੇ ਨਹੀਂ ਉਹ ਕੱਲ ਦਿਲ ਦੀ ਜੇ ਇੱਕ ਕਹਿ ਦਿਆਂ। ਪਰ ਇਸ ਗੀਤ ਨੂੰ ਆਪਣੀ ਆਵਾਜ਼ ਦੇਣ ਵਾਲਾ ਗਾਇਕ ਤੇਜਪਾਲ ਸਿੰਘ ਪਾਵਲਾ, ਜਿਨ੍ਹਾਂ ਨੂੰ ਅਸੀਂ ਸੋਨੀ ਪਾਵਲਾ ਦੇ ਨਾਮ ਨਾਲ ਜਾਣਦੇ ਹਾਂ, ਬੜੀ ਹੀ ਥੋੜ੍ਹੀ ਉਮਰ ਵਿੱਚ ਇਸ ਦੁਨੀਆ ਤੋਂ ਅਲਵਿਦਾ ਲੈ ਗਿਆ। 1994 ਵਿੱਚ ਕੈਨੇਡਾ ਦੀ ਧਰਤੀ 'ਤੇ ਆਉਣ ਤੋਂ ਬਾਅਦ ਸੋਨੀ ਪਾਵਲਾ ਨੇ ਮਿਊਜ਼ਿਕ ਦੀਆਂ ਬਰੀਕੀਆਂ ਸਮਝੀਆਂ ਅਤੇ ਆਪਣੀ ਪਹਿਲੀ ਐਲਬਮ 2002 ਦੇ ਵਿੱਚ ਰਿਲੀਜ਼ ਕੀਤੀ। ਇਸ ਐਲਬਮ ਦਾ ਨਾਮ ਸੀ ਹੀਰੇ ਨੀ ਹੀਰੇ। ਪਹਿਲੀ ਐਲਬਮ ਹਿੱਟ ਦੇਣ ਤੋਂ ਬਾਅਦ ਸੋਨੀ ਪਾਵਲਾ ਵੱਲੋਂ 2004 ਦੇ ਵਿੱਚ ਆਪਣੀ ਦੂਜੀ ਐਲਬਮ ਗੱਲ ਦਿਲ ਦੀ ਰਿਲੀਜ਼ ਕੀਤੀ ਗਈ। ਇਸ ਐਲਬਮ ਦੇ ਗੀਤਾਂ ਪੈਰਾਂ 'ਚ ਪੰਜੇਬ ਯਾਰ ਦੀ, ਪਿਆਰ ਦੀਆਂ ਚਿੱਠੀਆਂ, ਦਿਲ ਤੇਰਾ ਨੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਹਿਲਾ ਕੇ ਰੱਖ ਦਿੱਤੀ। ਹਿੱਟ ਐਲਬਮ ਦੇਣ ਤੋਂ ਬਾਅਦ ਸੋਨੀ ਪਾਵਲਾ ਬ੍ਰੈਂਪਟਨ ਕੈਨੇਡਾ ਦੇ ਵਿੱਚ ਆਪਣਾ ਸ਼ੋਅ ਲਾਉਣ ਗਏ। ਸ਼ੋਅ ਦੇ ਦੌਰਾਨ ਜਦ ਉਹ ਪਾਣੀ ਪੀਣ ਲਈ ਸਟੇਜ ਤੋਂ ਥੱਲੇ ਉਤਰੇ ਤਾਂ ਉਹਨਾਂ ਦੀ ਉੱਥੇ ਹੀ ਮੌਤ ਹੋ ਗਈ। ਇਸ ਵਕਤ ਸੋਨੀ ਪਾਵਲਾ ਦੀ ਉਮਰ ਸਿਰਫ 30 ਸਾਲ ਦੇ ਕਰੀਬ ਸੀ। ਕਈ ਲੋਕਾਂ ਦਾ ਕਹਿਣਾ ਸੀ ਕਿ ਸੋਨੀ ਪਾਵਲਾ ਦੀ ਮੌਤ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਹੋਈ, ਪਰ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਿਕ ਉਹਨਾਂ ਦੀ ਮੌਤ ਦਾ ਕਾਰਨ ਸੀ ਦਿਲ ਦਾ ਦੌਰਾ। ਦਿਲਸ਼ਾਦ ਅਖਤਰ, ਜੇਕਰ ਕਿਤੇ ਵੀ ਪੰਜਾਬ ਦੇ ਬੈਸਟ ਪਲੇਬੈਕ ਸਿੰਗਰ ਦੀ ਗੱਲ ਤੁਰਦੀ ਹੈ ਤਾਂ ਦਿਲਸ਼ਾਦ ਅਖਤਰ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਆਪਣੀ ਜ਼ਿੰਦਗੀ ਵਿੱਚ ਮਨ ਵਿੱਚ ਵੱਸਦਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ, ਅਤੇ ਕੁੰਡ ਕੱਢ ਲੈ ਪੱਤਲੀਏ ਨਾਰੇ ਨੀ ਸਹੁਰਿਆਂ ਦਾ ਪਿੰਡ ਆ ਗਿਆ ਵਰਗੇ ਸੁਪਰ ਹਿੱਟ ਗੀਤ ਦੇਣ ਤੋਂ ਬਾਅਦ ਸਿਰਫ 29 ਸਾਲ ਦੀ ਉਮਰ ਦੇ ਵਿੱਚ ਉਹ ਸਾਡੇ ਤੋਂ ਅਲਵਿਦਾ ਲੈ ਗਏ। ਗੱਲ ਆ 1995 ਦੀ, ਜਦ ਦਿਲਸ਼ਾਦ ਅਖਤਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਵਿਆਹ ਦੇ ਫੰਕਸ਼ਨ ਉੱਪਰ ਲਾਈਵ ਗਾ ਰਹੇ ਸਨ। ਤਦ ਉਸੇ ਪ੍ਰੋਗਰਾਮ ਵਿੱਚ ਇੱਕ ਸ਼ਰਾਬ ਨਾਲ ਰੱਜਿਆ DSP ਸਵਰਨ ਸਿੰਘ ਹੁੰਦਲ ਵੀ ਬੈਠਾ ਸੀ।
DSP ने नशे की हालत में दिलशाद तो एको गाना बार बार सुन की जद फड़ ली। दिलशाद ने DSP के कहने ते उस अखाड़े में तीन तो वध बार मन में वसदा सज्जना गीत गाया पर उस तो बाद यह गीत गाने तो इनकार कर दिता। DSP इस गल तो गुस्सा हो गया अते उसने अपने साथी पुलिस वाले तो गन फड़ के दिलशाद नू गोली मार दिती। यह दिन पूरी पंजाबी म्यूजिक इंडस्ट्री लिए बड़ा मंदभागा दिन सी। कई लोगों का कहना है कि जिस DSP ने दिलशाद अख्तर नू गोली मारी सी उसने मार्च 2008 में आत्महत्या कर ली। धर्मप्रीत सिंह किंग ऑफ सैड सोंगज कहे जाने वाले धर्मप्रीत सिंह ने अपनी जिंदगी 12 सोलो एल्बम्स और 6 डुअट एल्बम्स कीतियां। इन्ना कदे भी नहीं रोया ते टुटे दिल नहीं जुड़दे वर्गे गीत अज भी प्यार च धोखा खाधे आशकां दे हाणी हन। दुश्मन भी पर दोस्तों इन्ने हिट गीत देने दे बावजूद भी अखीर उन्होंने 8 जून 2015 नू अपने घर बठिंडा विखे खुदकुशी कर ली। लोगों का कहना सी कि धर्मप्रीत सिंह आर्थिक पक्षों काफ़ी तंग रहन लगा सी। कदे उन्हां दीआं एल्बम दी विक्री लखां विच सी पर पायरेसी वधण दे कारण उन्हां दी विक्री बहुत घट गई। यही कारण उन्होंने इस सब तो तंग आके खुदकुशी कर ली। उस वक्त उन्हां दी उम्र लगभग 41 साल सी। दोस्तों तुहाडा धर्मप्रीत सिंह दा केड़ा गीत फेवरेट है सानू कमेंट करके जरूर दसना। कुलविंदर ढिल्लों कुलविंदर ढिल्लों की आवाज़ में जो जोश सी अते जिस हिक दे जोर नाल उह गीत गाउंदे सन उह शायद सानू अज किसे पंजाबी सिंगर विच देखण नू ना मिले। काला सप्प रंगा सूट अते कचहरियां च मेले लगदे वर्गे गीत अज भी डीजियां उपर अपनी थां मल्ली बैठे हन। कुलविंदर ढिल्लों की मौत एक रोड एक्सीडेंट विच हुई सी। दरअसल कुलविंदर ढिल्लों अपने साथियों के नाल लुधियाना अपना शो ला के वापस अपने पिंड पंडोरी जा रहे सन। तद रास्ते विच उन्हां दी गड्डी आउट ऑफ कंट्रोल हो गई अते उह एक दरख्त विच जा टकराई जिस दी वजह करके सिर्फ 30 साल की उम्र के विच ही उन्हां दी मौके ते ही मौत हो गई। भावें वह बड़ी जल्दी ही इस दुनिया तो अलविदा लै गए पर उन्हां दीआं मशहूर एल्बम्स कचहरियां च मेले लगदे गलासी खड़के अते कॉलेज दे गीत अज भी साडे दिलां विच धड़कदे हन। इत्थे दस दईए कि कुलविंदर ढिल्लों जी दा पुत्तर अरमान ढिल्लों भी सिंगिंग दी प्रैक्टिस करदा है अते दोस्तों असीं इही उम्मीद करदे हाँ कि उन्हां दा पुत्तर उन्हां दी आवाज़ नूं फिर जिउंदा करे। दोस्तों इन्ह सारे सिंगरस तो इलावा सिद्धू मूसेवाला मेजर राजस्थानी सुरजीत बिंदर रखिया मनिंदर मंगा ते अमर सिंह चमकीला वर्गे गीतकार भी सानू बड़ी छोटी उम्रे अपने गीतां दा खजाना छड के चले गए। इन्ह कलाकारां उपर असी साडी अगली वीडियो विच गल करांगे। जेकर तुसी इन्ह सिंगर तो इलावा किसी होर अजिहे सिंगर नू जानदे हो तो सानू कमेंट करके जरूर दसना। पंजाबी म्यूजिक इंडस्ट्री अते पंजाब दे संबंध विच साडी वीडियो सब तो पहलां देखण लई लाल रंग दा बटन नप के चैनल सबसक्राइब जरूर कर लेना। धन्यवाद।